ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਅਸੀਂ ਦੇਖਦੇ ਹਾਂ ਕਿ ਜ਼ਿੰਦਗੀ ਵਿੱਚ ਕਈ ਵਾਰੀ ਇਦਾਂ ਦੀ ਕੰਡੀਸ਼ਨ ਆ ਜਾਂਦੀ ਹੈ ਕਿ ਜਦੋਂ ਬੰਦਾ ਬਿਲਕੁਲ ਬੇਵਸ ਹੋ ਜਾਂਦਾ ਹੈ ਕਈ ਵਾਰੀ ਘਰ ਵਿੱਚ ਇਦਾਂ ਦੀ ਬਿਮਾਰੀ ਹੀ ਐਂਟਰ ਕਰ ਜਾਂਦੀ ਹੈ ਕਿ ਜਦੋਂ ਬੰਦੇ ਦੀ ਕਿਤੇ ਵੀ ਪੇਸ਼ ਨਹੀਂ ਚੱਲਦੀ ਸਾਰੇ ਡਾਕਟਰ ਵੀ ਜਵਾਬ ਦੇ ਜਾਂਦੇ ਨੇ ਉਦੋਂ ਫਿਰ ਡਾਕਟਰ ਵੀ ਕਹਿੰਦੇ ਨੇ ਕਿ ਹੁਣ ਇਸ ਪੇਸ਼ੈਂਟ ਨੂੰ ਦਵਾ ਦੀ ਨਹੀਂ ਦੁਆ ਦੀ ਲੋੜ ਹੈ ਇਸੇ ਤਰ੍ਹਾਂ ਦੀ ਇੱਕ ਕਹਾਣੀ ਹੈ ਗੱਲ ਹੈ ਵੈਨਕੂਵਰ ਸ਼ਹਿਰ ਦੀ ਵੈਨਕੂਵਰ ਸ਼ਹਿਰ ਵਿੱਚ ਭਾਈ ਸਾਹਿਬ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਗਏ ਉੱਥੇ ਉਹ ਬੀਬੀ ਅਜੀਤ ਕੌਰ ਦੇ ਘਰ 4-5 ਦਿਨ ਵਾਸਤੇ ਰੁਕੇ ਤੇ ਅੱਜ ਕੱਲ ਅਸੀਂ ਦੇਖਦੇ ਹਾਂ ਘਰ-ਘਰ ਤੇ ਹਰ ਕੋਈ ਬੰਦਾ ਦੁਖੀ ਹੈ ਹਰ ਕੋਈ ਦੁੱਖਾਂ ਦਾ ਮਾਰਿਆ ਹੈ ਤੇ ਜਦੋਂ ਕਿਸੇ ਵੀ ਦੁਖੀ ਬੰਦੇ ਨੂੰ ਪਤਾ ਲੱਗਦਾ ਹੈ ਕਿ ਫਲਾਣੇ ਘਰ ਵਿੱਚ ਮਹਾਂਪੁਰਸ਼ ਰੁਕੇ ਨੇ ਤਾਂ ਹਰ ਕੋਈ ਬੰਦਾ ਆਪਣੇ ਦੁੱਖ ਦੀ ਫਰਿਆਦ ਲੈ ਕੇ ਜਾਂਦਾ ਹੈ ਕਿ ਸ਼ਾਇਦ ਮਹਾਪੁਰਸ਼ਾਂ ਦੇ ਮੁਖਿਓਂ ਕੋਈ ਬਚਨ ਨਿਕਲ ਆਉਣ ਤੇ ਸਾਡਾ ਭਲਾ ਹੋ ਜਾਏ। ਇਸੇ ਤਰ੍ਹਾਂ ਹੀ ਇੱਕ ਨਾਮ ਆਉਂਦਾ ਹੈ ਹਰੀ ਸਿੰਘ ਤੇ ਗੁਰਦੇਵ ਕੌਰ ਜਿਨ੍ਹਾਂ ਦੇ ਘਰ ਇੱਕ ਬੱਚਾ ਹੋਇਆ। ਬੱਚੇ ਦੀ ਉਮਰ 1.5 ਸਾਲ ਦੀ ਹੋ ਗਈ। ਪਰ ਬੱਚਾ ਜਿਵੇਂ ਪੂਰਾ ਮਾਸ ਦਾ ਟੁਕੜਾ ਉਹਨਾਂ ਨੂੰ ਵੀ ਜਦ ਪਤਾ ਲੱਗਾ ਕਿ ਭੈਣ ਅਜੀਤ ਕੌਰ ਜੀ ਦੇ ਘਰ ਭਾਈ ਸਾਹਿਬ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਰੁਕੇ ਨੇ ਤਾਂ ਉਹ ਉਸ ਬੱਚੇ ਨੂੰ ਲੈ ਕੇ ਉਹਨਾਂ ਦੇ ਕੋਲ ਗਏ। ਪੈਣ ਅਜੀਤਕੌਰ ਜੀ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਇਦਾਂ ਇਦਾਂ ਕਰਕੇ ਇੱਕ ਬੱਚੇ ਨੂੰ ਲੈ ਕੇ ਆਏ ਨੇ ਤਾਂ ਬਾਬਾ ਜੀ ਬੀਰ ਰਸ ਚ ਆ ਗਏ ਕਹਿੰਦੇ ਮੈਂ ਇੱਥੇ ਕੋਈ ਬੱਚੇ ਠੀਕ ਕਰਨ ਆਇਆ ਰਾਮਪੁਰ ਖੇੜੇ ਵਿੱਚ ਤੇ ਇੰਨੀ ਸੰਗਤ ਆ ਜਾਂਦੀ ਹੈ ਇੱਥੇ ਮੈਂ ਇਕਾਂਤ ਵਿੱਚ ਬੈਠ ਕੇ ਨਾਮ ਬਾਣੀ ਜਪਣ ਲਈ ਆਉਣਾ ਪੈਣ ਅਜੀਤਕੌਰ ਜੀ ਨੇ ਗੁਰਦੇਵ ਕੌਰ ਜੀ ਨੂੰ ਆ ਕੇ ਉਦਾਂ ਹੀ ਕਿਹਾ ਕਿ ਤੁਸੀਂ ਆਪਣੇ ਘਰ ਜਾਓ ਬਾਬਾ ਜੀ ਕਿਸੇ ਨਾਲ ਮਿਲਣਾ ਨਹੀਂ ਚਾਹੁੰਦੇ ਪਰ ਉਹਨਾਂ ਦਾ ਪਿਆਰ ਦੇਖੋ ਉਹਨਾਂ ਦੀ ਸ਼ਰਧਾ ਦੇਖੋ ਭਾਈ ਸਾਹਿਬ ਹਰੀ ਸਿੰਘ ਜੀ ਤੇ ਭੈਣ ਗੁਰਦੇਵ ਕੌਰ ਉਹਨਾਂ ਦੇ ਗੇਟ ਦੇ ਬਾਹਰ 14 ਘੰਟੇ ਬੈਠੇ ਰਹੇ ਜਦ ਬਾਬਾ ਹਰਨਾਮ ਸਿੰਘ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਸੋਚਿਆ ਕਿ ਇਹ ਕੋਈ ਪੱਕੇ ਮੰਗਤੇ ਨੇ ਇਹਨਾਂ ਨੂੰ ਬੁਲਾ ਲਓ ਅੰਦਰ ਭੈਣ ਅਜੀਤ ਕੌਰ ਜੀ ਉਹਨਾਂ ਨੂੰ ਅੰਦਰ ਬੁਲਾ ਕੇ ਲੈ ਕੇ ਆਏ ਜਦ ਬਾਬਾ ਹਰਨਾਮ ਸਿੰਘ ਜੀ ਨੇ ਪੁੱਛਿਆ ਕਿ ਕੀ ਗੱਲ ਹੈ ਬੱਚੇ ਨੂੰ ਤਾਂ ਭਾਈ ਸਾਹਿਬ ਹਰੀ ਸਿੰਘ ਤੇ ਭੈਣ ਗੁਰਦੇਵ ਕੌਰ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿੰਦੇ ਜੀ ਡੇਢ ਸਾਲ ਦੀ ਉਮਰ ਹੋ ਗਈ ਬੱਚੇ ਦੀ ਤੇ ਅਜੇ ਤੱਕ ਅਸੀਂ ਇਸ ਦੀ ਇੱਕ ਵੀ ਆਵਾਜ਼ ਨਹੀਂ ਸੁਣੀ ਤੇ ਨਾ ਹੀ ਅੱਜ ਤੱਕ ਇਹ ਹਿੱਲਾ ਜੁਲਿਆ ਹੈ ਸਿਰਫ ਸਾਹ ਚੱਲ ਰਹੇ ਨੇ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਪਰ ਕੀ ਕਰੀਏ ਤਾਂ ਬਾਬਾ ਹਰਨਾਮ ਸਿੰਘ ਜੀ ਨੇ ਕਿਹਾ ਕਿ ਤੁਸੀਂ ਇੱਕ ਕੰਮ ਰੋਜ਼ ਕਰਨਾ ਹੈ ਬੱਚੇ ਨੂੰ ਗੋਦੀ ਵਿੱਚ ਲੈ ਕੇ ਅੱਧਾ ਘੰਟਾ ਮੂਲ ਮੰਤਰ ਦਾ ਪਾਠ ਕਰਨਾ ਹੈ ਇਹ ਬਚਨ ਸੁਣ ਕੇ ਭੈਣ ਗੁਰਦੇਵ ਕੌਰ ਬੱਚੇ ਨੂੰ ਲੈ ਕੇ ਘਰ ਚਲੇ ਗਏ ਤੇ ਅੱਧਾ ਘੰਟਾ ਡੇਲੀ ਮੂਲ ਮੰਤਰ ਸਾਹਿਬ ਦਾ ਪਾਠ ਕਰਨਾ ਸਟਾਰਟ ਕੀਤਾ ਬੱਚੇ ਨੂੰ ਗੋਦੀ ਵਿੱਚ ਲੈ ਕੇ ਸੁਣਿਆ ਦੁਖ ਪਾਪ ਦਾ ਨਾਸ ਬੱਚੇ ਦੇ ਜਦ ਕੰਨਾਂ ਵਿੱਚ ਆਵਾਜ਼ ਪੈਣ ਲੱਗੀ ਮੂਲ ਮੰਤਰ ਦੀ ਬੱਚਾ ਜਦ ਮੂਲ ਮੰਤਰ ਦਾ ਸਰਵਣ ਕਰਨ ਲੱਗਾ ਤਾਂ 2 ਮਹੀਨੇ ਹੀ ਬੀਤੇ ਸੀ ਕਿ ਬੱਚੇ ਨੇ ਪਹਿਲੀ ਵਾਰੀ ਬਾਹ ਹਲਾਈ ਜਦ ਮਾਂ ਬਾਪ ਨੇ ਦੇਖਿਆ ਕਿ ਬੱਚੇ ਨੇ ਥੋੜੀ ਮੂਵਮੈਂਟ ਸ਼ੁਰੂ ਕੀਤੀ ਹੈ ਤਾਂ ਜਿਵੇਂ ਅਸੀਂ ਕੋਈ ਇੰਪਰੂਵਮੈਂਟ ਦੇਖਦੇ ਹਾਂ ਸਾਡੇ ਵਿੱਚ ਹੋਰ ਮੋਟੀਵੇਸ਼ਨ ਆ ਜਾਂਦੀ ਹੈ ਸਾਡੇ ਵਿੱਚ ਹੋਰ ਹੌਸਲਾ ਆ ਜਾਂਦਾ ਹੈ ਇਸੇ ਤਰ੍ਹਾਂ ਮਾਂ-ਬਾਪ ਵਿੱਚ ਹੋਰ ਹੌਂਸਲਾ ਆਇਆ ਹੋਰ ਸ਼ਰਧਾ ਵਧੀ ਮੂਲ ਮੰਤਰ ਤੇ ਹੋਰ ਵਿਸ਼ਵਾਸ ਪੱਕਾ ਹੋਇਆ ਤੇ ਉਹਨਾਂ ਨੇ ਅੱਧੇ ਘੰਟੇ ਦੀ ਬਜਾਏ ਡੇਲੀ 1 ਘੰਟਾ ਮੂਲ ਮੰਤਰ ਕਰਨਾ ਸਟਾਰਟ ਕੀਤਾ ਤਾਂ ਕੁਝ ਹੀ ਹਫ਼ਤੇ ਬੀਤੇ ਤਾਂ ਬੱਚੇ ਨੇ ਥੋੜੀ ਹੋਰ ਹਲਚਲ ਸ਼ੁਰੂ ਕੀਤੀ ਮਾਂ-ਬਾਪ ਦਾ ਹੋਰ ਵਿਸ਼ਵਾਸ ਪੱਕਾ ਹੋਇਆ ਉਹਨਾਂ ਨੇ ਡੇਢ ਘੰਟਾ ਡੇਲੀ ਮੂਲ ਮੰਤਰ ਕਰਨਾ ਸਟਾਰਟ ਕੀਤਾ 2-3 ਹਫ਼ਤੇ ਹੋਰ ਬੀਤੇ ਤਾਂ ਬੱਚਾ ਆਪਣੀ ਦੁੱਧ ਦੀ ਬੋਤਲ ਖੁਦ ਫੜ ਕੇ ਪੀਣ ਲੱਗਾ ਇਸ ਤਰ੍ਹਾਂ ਸਾਖੀ ਵਿੱਚ ਲਿਖਿਆ ਹੈ ਇਸੇ ਤਰ੍ਹਾਂ ਮਾਪੇ ਨੇ ਡੇਲੀ ਮੂਲ ਮੰਤਰ ਦਾ ਪਾਠ ਸਰਵਣ ਕਰਾਉਣਾ ਬੱਚੇ ਨੂੰ ਤੇ ਬੱਚੇ ਵਿੱਚ ਦਿਨ ਪ੍ਰਤੀ ਦਿਨ ਇੰਪਰੂਵਮੈਂਟ ਆਉਂਦੀ ਗਈ ਗੱਲ 1970 ਦੀ ਹੈ ਤੇ 1999 ਵਿੱਚ ਉਸੇ ਬੱਚੇ ਨੇ ਜੋ ਇੱਕ ਮਾਸ ਦਾ ਟੁਕੜਾ ਸੀ ਜੋ ਚੱਲ ਫਿਰ ਨਹੀਂ ਸੀ ਸਕਦਾ ਜਿਸ ਦੇ ਸਿਰਫ ਸਾਹ ਚੱਲਦੇ ਸੀ ਉਸ ਨੇ 1999 ਵਿੱਚ ਫਰਸਟ ਕਲਾਸ ਗ੍ਰੈਜੂਏਸ਼ਨ ਕੀਤੀ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਗੁਰਬਾਣੀ ਪੜਨ ਦਾ ਪਾਠ ਪੜਨ ਦਾ ਕੀ ਫਾਇਦਾ ਇਹ ਸਤਗੁਰ ਤਾਂ ਸਾਡੀ ਸੁਣਦਾ ਹੀ ਨਹੀਂ ਪਰ ਇਹ ਵਾਹਿਗੁਰੂ ਸਾਡੀ ਜਰੂਰ ਸੁਣਦਾ ਹੈ ਸਿਰਫ ਸਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ